रुक्मिणी अब नारायणी अब नारायण में मालूमी काली बामा दे माजो पांडवा माजो पांडवा मैं मारो मार चच में नारायण देव गजना देव नारायण देव जो साथी में बारे मारे जामा दत में उपरी दत के पीता दत के पीता मैं मारो मार हट में अज तुझे मात जय Oh,
ಮಾಡಿ ಗಾವಿ ಜೊತತಿ ಮೇ ಬಾರಿ ಬಾರಿ ಜಾಯಿ ಕೌನ್ ಕೌನ್ ರುಕ್ಮಣಿ ಅಗರ ಜಯ ತಾರಾರಾಣಿ ಕಹಾಣಿ ಸ್ಕೂಲ್ ರುಕ್ಮಣ ಕೀ ಕರ್ತೀ ಬಜಾತೇ ಜಾತಿ ಮಾತಾ ದುರ್ಗಾ ಮಾತ ಅಮನ ಜಲಾಲ ಸೇ ಪೈದಾ ਹੋ ਗਈ ਕੀ ਕਰਦੀ ਹੈ ਦੁਕਾਨ ਦੇ ਅੰਦਰ ਜਾਂਦੀ ਹੈ ਮਾਸ ਵੰਦੀ ਉੱਥੇ ਬੈਠ ਕੇ ਖਾ ਲੈਂਦੀ ਉਹਨਾਂ ਹੱਥਾਂ ਦੇ ਨਾਲ ਹੀ ਤਾਰਾ ਦੇ ਵਾਸਤੇ ਬਣ ਲੈ ਕੇ ਕਾਰਾ ਜਾਂਦੀ ਹੈ ਇਸ ਵਿੱਚ ਆਮ ਦਾ ਮੇਲਾ ਹੋਇਆ ਤਾਰਾ ਕਹਿਣ ਲੱਗੀ ਆਪ ਭੈਣ ਆਪਾਂ ਫਲ ਅਦਾ ਕਰੀਏ ਵਰਤੀ ਮਜ਼ਬੂਤ ਕਰੀਏ ਰੁਕਮਣ ਕਹਿਣ ਲੱਗੀ ਭੈਣ ਆਪਣੇ ਫਲ ਤੇਰੇ ਮੈਂ ਤੇਲ ਵਾਸਤੇ ਲੈ ਕੇ ਆਈ ਹੈ ਮੈਂ ਤਾਂ ਜੋ ਖਾਣਾ ਸੀ ਬਜਾ ਕੇ ਖਾ ਆਈ ਹੈ ਤਾਰਾ ਸੁਣ ਕੇ ਤੇਰੇ ਜਿਹੜੀ ਕੀ ਚੰਗੀ ਲੱਗੀ ਖਾਲੀ ਖੋਲ ਗੱਲ ਨਹੀਂ ਜਿਸ ਵੇਲੇ ਤਾਰਾ ਫਲਾਹਾਰ ਕਰਨ ਲੱਗੀ ਮਾਂ ਦੀ ਦੁਰਗਾ ਦਾ ਹੀ ਕਹਿਣ ਲੱਗੀ ਕਹਿਣ ਮੇਰੀ ਸੱਸ ਆਈ ਤੇ ਪੰਜਾਬ ਦੇ ਵਿੱਚ ਕੀ ਖਾ ਕੇ ਆਈ ਹੈ ਰੁਕਮਣ ਕਹਿਣ ਲੱਗੀ ਭੈਣ ਮੈਂ ਪੰਜਾਬ ਦੇ ਮਾਸ ਖਾ ਕੇ ਆਈ ਕਹਿੰਦੇ ਅੱਜ ਤੂੰ ਬਹੁਤ ਵੱਡਾ ਪਾਪ ਕੀਤਾ ਕਾਜੇ ਦੇ ਲੋਕ ਚਾਵਲ ਨਹੀਂ ਖਾਂਦੇ ਤੂੰ ਮਾਸ ਖਾ ਕੇ ਆਈ ਹੈ ਕਹਿੰਦੇ ਮੈਂ ਤੈਨੂੰ ਸ਼ਰਾਬ ਦੇਣੀ ਹੈ ਇੱਕ ਜੀਵਨ ਤੂੰ ਕਿਰਲੀ ਦਾ ਬੋਕੇ ਤੱਕ ਤੇਰੀ ਮਾਸ ਖਾ ਕੇ ਲਾਲਸਾ ਪੂਰੀ ਹੋ ਸਕੇ ਰੁਕਮਣ ਕਹਿਣ ਲੱਗੀ ਭੈਣ ਅੱਜ ਜਿਹੜੀ ਗਲਤੀ ਮੈਂ ਤੂੰ ਹੋਈ ਉਹਦੀ ਸਜ਼ਾ ਤੈਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਕਹਿੰਦੇ ਜਦ ਮੈਨੂੰ ਜਿਹੜਾ ਇਹ ਸ਼ਰਾਬ ਦਿੱਤਾ ਹੈ ਇਹਦੇ ਵਿੱਚ ਛੁਟਕਾਰਾ ਪਾਉਣ ਵਾਸਤੇ ਕੋਈ ਉਪਾਅ ਨਹੀਂ ਦੱਸਦੇ ਤਾਰਾ ਕਹਿਣ ਲੱਗੀ ਕਿਰਲੀ ਰੂਪੀ ਸਰੀਰ ਨੂੰ ਅਗਰ ਤੂੰ ਕਿਸੇ ਦੀ ਭਲਾਈ ਵਾਸਤੇ ਜਾਗ ਦੇਵੇਗੀ ਤੈਨੂੰ ਉਸ ਜੀਵਨ ਤੋਂ ਛੁਟਕਾਰਾ ਮਿਲ ਜਾਏਗਾ ਸਮਾਂ ਬੀਤਦਾ ਚਲਾ ਗਿਆ ਕੌਰਵਾ ਪਾਂਡਵਾਂ ਵੀ ਲਾ ਗਿਆ ਕੌਰਵਾ ਪਾਂਡਵਾਂ ਯੁੱਧ ਹੋਇਆ ਪਾਂਡਵਾਂ ਦੀ ਜਿੱਤ ਹੋਈ ਕੌਰਵਾਂ ਦੀ ਹਾਰ ਹੋਈ ਪਾਂਡਵਾਂ ਰਾਜ ਅਭਿਸ਼ੇਕ ਕਰਨਾ ਰਾਜਪੁਰ ਬੁਲਾਏ ਕਹਿਣ ਲੱਗੇ ਮਹਾਰਾਜ ਇੱਥੇ ਅੱਜ ਦੱਸੋ ਜਿਸ ਦਿਨ ਆਪਾਂ ਰਾਜ ਅਭਿਸ਼ੇਕ ਕਰ ਸਕੀਏ ਰਾਜਪੁਰ ਕੀ ਦੇਖਦੀ ਹੈ ਕਿ ਸੋਮਵਤੀ ਮੱਸਿਆ ਬੜਾ ਹੀ ਨਜ਼ਦੀਕ ਆ ਰਿਹਾ ਉਹਨਾਂ ਵੇਲੇ ਸੋਮਵਤੀ ਮੱਸਿਆ ਕਈ ਕਈ ਸਾਲ ਲੱਗ ਜਾਂਦੇ ਸੀ ਤਾਂ ਜਾ ਕੇ ਸੋਮਵਤੀ ਮੱਸਿਆ ਆਉਂਦੀ ਸੀ ਅੱਜ ਕੱਲ ਵਾਰ ਤੀਸਰੇ ਚੌਥੇ ਮਹੀਨੇ ਸੋਮਵਤੀ ਮੱਸਿਆ ਆ ਜਾਂਦੀ ਹੈ ਕਹਿੰਦੇ ਸੋਮਵਤੀ ਮੱਸਿਆ ਜਿਹੜਾ ਇਨਸਾਨ ਗੰਗਾ ਇਸ਼ਨਾਨ ਕਰ ਲੈਂਦਾ ਉਹਦਾ ਜਨਮ ਮੰਤਰ ਦੇ ਪਾਪ ਧੁਲ ਜਾਂਦੇ ਹਨ ਕਹਿ ਲੈ ਕੇ ਮਹਾਰਾਜ ਸੋਮਵਤੀ ਮੱਸਿਆ ਦਿਨ ਬੜਾ ਹੀ ਨਦੀ ਕਰਾਂ ਦਿਨ ਬਹੁਤ ਬੜਾ ਯਾ ਕੋਈ ਕੀਤਾ ਜਾ ਕੋਈ ਸਿੱਧਾ ਤੁਹਾਡਾ ਰਾਜ ਵਿੱਚ ਕਰਵਾ ਦਿੱਤਾ ਜਾਏਗਾ ਪਾਂਡਵਾਂ ਨੂੰ ਦੂਤ ਭੇਜੇ ਤਾਂ ਕਿ ਸੋਮਵਤੀ ਮੱਸਿਆ ਦਿਨ ਬਹੁਤ ਬੜਾ ਯਾ ਕਾ ਆਹਵਾਨ ਕੀਤਾ ਗਿਆ ਔਰ ਉਸ ਦਿਨ ਪਾਂਡਵਾਂ ਦਾ ਰਾਜ ਅਭਿਸ਼ੇਕ ਹੋਣਾ ਹੈ ਦੂਤ ਜਿੰਨੇ ਸਾਰ ਦਿੰਦਾ ਹੋਇਆ ਵਾਪਸ ਆ ਰਿਹਾ ਸੀ ਇੱਕ ਕਿਲਾ ਦੇ ਵਿੱਚ ਹੀ ਬੈਠਾ ਹੋਇਆ ਜਾ ਕੇ ਨਮਸਕਾਰ ਕੀਤਾ ਕਹਿਣ ਲੱਗੇ ਮਹਾਰਾਜ ਸੋਮਵਤੀ ਮੱਸਿਆ ਦਾ ਬਹੁਤ ਬੜਾ ਯਗ ਦਾ ਆਹਵਾਨ ਕੀਤਾ ਜਾ ਰਿਹਾ ਤੁਸੀਂ ਵੀ ਯਗ ਦੇ ਵਿੱਚ ਜ਼ਰੂਰ ਪਹੁੰਚਣਾ ਔਰ ਰਿਸ਼ੀ ਕਹਿਣ ਲੱਗਾ ਕੱਲ ਅਗਰ ਸਾਰੇ ਰਿਸ਼ੀ ਕੋਲ ਅਸੀਂ ਯਗ ਦੇ ਵਿੱਚ ਪਹੁੰਚਣ ਕੋਲ ਅਸੀਂ ਯਗ ਦੇ ਵਿੱਚ ਨਹੀਂ ਪਹੁੰਚਣਾ ਦੂਤ ਕਹਿਣ ਲੱਗੇ ਮਹਾਰਾਜ ਆਉਣਾ ਨਾ ਆਉਣਾ ਤਾਂ ਤੁਹਾਡੀ ਮਰਜ਼ੀ ਹੈ ਸੰਦੇਸ਼ਾ ਦੇਣਾ ਮੇਰਾ ਫਰਜ਼ ਨੂੰ ਮੰਦੇ ਚੱਲੇ ਦੋ ਦਿਨ ਨਿਕਲ ਗਏ ਕਿ ਵਾਪਸ ਆ ਜਾਂਦਾ ਸੋ ਮਤੇ ਮਸਿਆ ਦੇ ਨਾ ਜਾਂਦਾ ਸਾਰੇ ਜੀਵ ਨੇ ਇਕੱਠੇ ਹੋ ਕੇ ਯਗ ਦੀ ਤਿਆਰੀ ਕਰੋ ਯਗ ਦੇ ਵਿੱਚ ਕੀ ਵਾਪਰਦਾ ਕਿ ਬੇਨਤੀ ਮਹਾਮਾਇ ਦੇ ਦਰਬਾਰ ਚ
अजरिही मुनि यज्ञ करे पहाड़ा वाली जीदा ये चोलिया वाली जीदा ऋषि मुनि यज्ञ करे अजरिही मुनि यज्ञ करे पहाड़ा वाली जीदा अपमान किया वो सर का रूप बन आया हरि ये बोले मेरा हरि उठिय पारा हरि जैसा बड़ी भद्र काली कोड़ा वाली मां हरि ये कृषि अपमान किया वो सर का रूप बन आया वो सर का रूप बन आया वो सर का रूप बन आया अधियान हरि से जगत पे आया ਪਾਣੀ ਦੀ ਜਵਾਬ ਦੀ ਰੁਚੀ ਹਮੇ ਕੋਲ ਪਹੁੰਚ ਜਾਂਦੀ ਹੈ ਜਿਸ ਵੇਲੇ ਲੋਕ ਨੇ ਦੇਖਿਆ ਕਰਮਾਂਡਲ ਨੂੰ ਜਲ ਪੀ ਕੇ ਜਿਸ ਵੇਲੇ ਤੁਰਨ ਲੱਗਦੀ ਹੈ ਪੈਰ ਦੀ ਠੋਕਰ ਦਾ ਕਰਮਾਂਡਲ ਰਿਸ਼ੀ ਦੇ ਪੈਰਾਂ ਦੇ ਵਿੱਚ ਵੱਜਦਾ ਜਿਸ ਤਰ੍ਹਾਂ ਤਪੱਸਿਆ ਭੰਗ ਹੋ ਜਾਂਦੀ ਹੈ ਜਿਸ ਵੇਲੇ ਰਿਸ਼ੀ ਨੇ ਦੇਖਿਆ ਗਊਣ ਨੂੰ ਤਪੱਸਿਆ ਭੰਗ ਕਰ ਦਿੱਤੀ ਦੋਨੇ ਦੇ ਅੱਗੇ ਚਿਮਟਾ ਉੱਠਾਇਆ ਗਊ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗਊ ਦੀ ਮਾਂ ਕਰ ਦੇਣਾ ਚਿਮਟੇ ਦੀ ਆਵਾਜ਼ ਨੇ ਬਾਕੀ ਰਿਸ਼ੀਆਂ ਉਹਨਾਂ ਦੀ ਤਪੱਸਿਆ ਭੰਗ ਹੋ ਜਾਂਦੀ ਹੈ ਬਾਕੀ ਰਿਸ਼ੀ ਨੇ ਜਿਸ ਵੇਲੇ ਦੇਖਦੇ ਹੈ ਇਹ ਗਰੀਬ ਚਿਮਟੇ ਲੋਹੇ ਦੇ ਚਿਮਟੇ ਦੇ ਨਾਲ ਗਊ ਨੂੰ ਮਾਰ ਰਹੇ ਨੇ ਹਿੰਦੂ ਧਰਮ ਦੇ ਵਿੱਚ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਕਹਿੰਦਾ ਜਿਹੜਾ ਇਨਸਾਨ ਆਪਣੇ ਮਾਂ ਦੇ ਉੱਪਰ ਹੱਥ ਚੁੱਕਦਾ ਉਸ ਨੂੰ ਕੁੱਟ ਕੇ ਜਾਂਦਾ ਪਾਪੀ ਕਿਹਾ ਉਸ ਆਪਣੇ ਮੁੰਡੇ ਦੇ ਉੱਤੇ ਬਾਹਰ ਕੱਢਦਾ ਇਸੇ ਗੱਲ ਦਾ ਹੀ ਬਦਲਾ ਲੈਂਦਾ ਕਰਨੀ ਵਾਲੇ ਸਨ ਸੀ ਕੀ ਕੀਤਾ ਆਪਣੇ ਸਰੀਰ ਨੂੰ ਸਰਬ ਰੂਪ ਧਾਰਨ ਕਰ ਲਿਆ ਉੱਥੇ ਦਰਖਤ ਉੱਤੇ ਚਲੇ ਗਏ ਜਿੱਥੇ ਪ੍ਰਸ਼ਾਦ ਤਿਆਰ ਹੋ ਰਿਹਾ ਸੀ ਚਾਰ ਠਿਕਾਣੇ ਦੇਖਿਆ ਮੈਨੂੰ ਕੋਈ ਨਹੀਂ ਦੇਖ ਰਿਹਾ ਉਹ ਪ੍ਰਸ਼ਾਦ ਦੇ ਵਿੱਚ ਲਾਂਗ ਲਗਾਉਂਦੇ ਸੋਚਣ ਲੱਗੇ ਜਿਸ ਵੇਲੇ ਪ੍ਰਸ਼ਾਦ ਜਾਰੀ ਲੋਕ ਖੰਡਿਤ ਹੋ ਗਿਆ ਸਾਰੇ ਰਿਸ਼ੀ ਨੂੰ ਨਿਕਾਣ ਕੇ ਸਾਰੇ ਸਮਾਪਤ ਹੋ ਜਾਣਗੇ ਮੇਰਾ ਬਦਲਾ ਪੂਰਾ ਹੋ ਜਾਏਗਾ ਉਸ ਨੂੰ ਬਹੁਤ ਦੇਖ ਰਹੀ ਰਿਸ਼ੀ ਛੋਟੀ ਜਿਹੀ ਕੰਨਿਆ ਕਿ ਪਿਛਲੇ ਜਨਮ ਵਿੱਚ ਰੁਕਮਣ ਸੀ ਜਿਸ ਵੇਲੇ ਉਸਨੇ ਦੇਖਿਆ ਸਾਰਾ ਪ੍ਰਸ਼ਾਦ ਜ਼ਹਿਰੀਲਾ ਹੋ ਗਿਆ ਖੰਡਿਤ ਹੋ ਗਿਆ ਖਾਣ ਦੇ ਕਾਬਲ ਨਹੀਂ ਰਿਹਾ ਮਾਂ ਦੇ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਕਿਸ ਤਰ੍ਹਾਂ ਮਾਂ ਮੈਂ ਰੱਖਿਆ ਉਹਨਾਂ ਦੀ ਰੱਖਿਆ ਕਰਾਂ ਤਾਂ ਕਿਸ ਤਰ੍ਹਾਂ ਕਰਾਂ ਡਿੱਗਿਆ ਸਰਪ ਬੜਾ ਕਹਿਰ ਹੋ ਗਿਆ ਕਹਿਰ ਹੋ ਗਿਆ
ਰਿਸ਼ੀਆਂ ਦਾ ਭੋਜਨ ਸਾਰਾ ਜ਼ਹਿਰ ਹੋ ਗਿਆ ਹੈ, ਰਿਸ਼ੀਆਂ ਦਾ ਭੋਜਨ ਸਾਰਾ ਜ਼ਹਿਰ ਹੋ ਗਿਆ। ਖਾਣਗੇ ਜੋ ਰਿਸ਼ੀ ਭੋਜਨ ਮਰ ਜਾਣਗੇ, ਮਰ ਜਾਣਗੇ ਦੁਨੀਆਂ ਤੋਂ ਕਿਨਾਰਾ ਕਰ ਜਾਣਗੇ, ਕਰ ਜਾਣਗੇ। ਰਿਸ਼ੀਆਂ ਨਾਲ ਰਿਸ਼ੀਆਂ ਦਾ, ਭਗਤਾਂ ਨਾਲ ਭਗਤਾਂ ਦਾ ਵੈਰ ਹੋ ਗਿਆ, ਰਿਸ਼ੀਆਂ ਦਾ ਭੋਜਨ ਸਾਰਾ ਵੈਰ ਹੋ ਗਿਆ ਹੈ, ਭੋਜਨ ਸਾਰਾ ਜ਼ਹਿਰ ਹੋ ਗਿਆ, ਰਿਸ਼ੀਆਂ ਦਾ ਭੋਜਨ ਸਾਰਾ ਜ਼ਹਿਰ ਹੋ ਗਿਆ। ਸੋਚਣ ਲੱਗੇ ਮੈਂ ਰਿਸ਼ੀਆਂ ਦੀ ਜਾਨ ਦੀ ਰੱਖਿਆ ਕਰਾਂ ਤੇ ਕਿਸ ਤਰ੍ਹਾਂ ਕਰਾਂ, ਮੇਰੇ ਹੱਥਾਂ ਦੇ ਵਿੱਚ ਇੰਨੀ ਤਾਕਤ ਵੀ ਨਹੀਂ ਕਿ ਮੈਂ ਇਹਨੂੰ ਪਕੜਾਇਆ ਨੂੰ ਉਲਟਾ ਕਰ ਲਵਾਂ। ਉਸ ਨੂੰ ਯਾਦ ਆਉਂਦਾ ਹੈ ਕਿ ਤਾਰਿਆਂ ਨੇ ਮੈਨੂੰ ਸ਼ਰਾਬ ਦਿੱਤਾ ਕਿ ਜੀਵਨ ਤੂੰ ਕਿਰਲੀ ਦਾ ਭੋਗੇਂਗੀ, ਉਸਦਾ ਉਪਾਏ ਵੀ ਦੱਸਿਆ ਕਿਸੇ ਦੀ ਭਲਾਈ ਵਾਸਤੇ ਉਹ ਜੀਵਨ ਨੂੰ ਤਿਆਗ ਦੇਂਗੇ ਤੇ ਉਹਦੇ ਵਿੱਚ ਛੁਟਕਾਰਾ ਮਿਲ ਜਾਵੇ। ਸੋਚਣ ਲੱਗੀ ਬੜਾ ਛੋਟਾ ਜਿਹਾ ਜੀਵਨ ਮਿਲਿਆ, ਮਾਂ ਨੂੰ ਯਾਦ ਕੀਤਾ, ਕਹਿੰਦੀ ਮਾਂ ਮੈਨੂੰ ਉਹ ਜੀਵਨ ਦੇ ਦੇ ਤਾਂ ਕਿ ਮੇਰੀ ਧੀਆਂ ਮੁੰਨੀਆਂ ਦੀ ਜਾਨ ਦੀ ਰੱਖਿਆ ਕਰ। ਮਾਂ ਦੀ ਐਸੀ ਕਿਰਪਾ ਹੁੰਦੀ, ਉਹ ਕੱਲਾ ਕਿਰਲੀ ਨੂੰ ਤਬਦੀਲ ਹੋ ਜਾਂਦੀ, ਦਰਦ ਉੱਤੇ ਚਲੀ ਜਾਂਦੀ ਜਿੱਥੇ ਪ੍ਰਸ਼ਾਦ ਤਿਆਰ ਹੋ ਰਿਹਾ ਸੀ। ਇੰਤਜ਼ਾਰ ਕਰਨ ਲੱਗ ਪੈਂਦੀ ਕਿ ਜਿਸ ਵੇਲੇ ਰਿਸ਼ੀ ਮੁੰਨੀ ਆਉਣਗੇ ਆਪਣੀ ਜੀਵਨ ਲੀਲਾ ਸਮਾਪਤ ਕਰ ਦੇਵਾਂਗੇ। ਜਿਸ ਵੇਲੇ ਰਿਸ਼ੀ ਮੁਨੀ ਵਾਪਸ ਆਏ, ਦੇਖਾ ਪ੍ਰਸ਼ਾਦ ਤਿਆਰ ਹੋ ਗਿਆ, ਸੋਚਣ ਲੱਗੇ ਇਸ ਨੂੰ ਉਤਾਰ ਲੈਣਾ ਚਾਹੀਦਾ। ਜਿਸ ਵੇਲੇ ਉਤਾਰਨ ਲੱਗੇ ਕੜਾਈ ਨੂੰ ਹੱਥ ਪਾਇਆ, ਕਿਰਲੀ ਡੰਡ ਡੰਡ ਕਰਦੀ ਹੋਈ ਕੜਾਈ ਦੇ ਵਿੱਚ ਲੰਬ ਲਗਾ ਕੇ ਭਗਤ ਬੋਲਣ, ਜੈ ਮਾਤਾ ਦੀ, ਜੈ ਮਾਤਾ ਦੀ। ਸਾਰੇ ਰਿਸ਼ੀਆਂ ਮੁਨੀ ਚ ਹਾਹਾਕਾਰ ਮੱਚ ਗਈ। ਇੱਕ ਰਿਸ਼ੀ ਨੇ ਸ਼ਰਾਬ ਦਿੱਤਾ, ਕਿਹਾ ਤੁਸੀਂ ਵੀ ਨੀ ਡੱਡ ਕੰਮ ਹੀ ਨੀਚਾ ਵਾਲਾ ਕੀਤਾ, ਜਾਂ ਤੈਨੂੰ ਸ਼ਰਾਬ ਦਿੱਤੀ ਕਿ ਜੀਵਨ ਤੂੰ ਨੀਚਾ ਦੀ ਕਰਦੇ। ਸੋਚਣ ਲੱਗੇ ਪ੍ਰਸ਼ਾਦ ਖਾਨ ਦੇ ਕਾਬਲੀ ਦਾ ਜ਼ਹਿਰ ਲਿਆ ਗਿਆ, ਖੰਡਿਤ ਹੋ ਗਿਆ, ਇਸ ਨੂੰ ਦਫਣਾ ਦੇਣਾ ਚਾਹੀਦਾ ਤਾਂ ਕਿ ਕੋਈ ਹੋਰ ਜੀਵ ਜੰਤੂ ਇਸ ਨੂੰ ਖਾ ਕੇ ਸਮਾਪਤ ਨਾ ਹੋ ਜਾਏ। ਕੀ ਕਰਦੇ ਬੜਾ ਸਾਰਾ ਰੁਪਇਆ ਪੜਿਆ, ਜਿਸ ਵੇਲੇ ਪ੍ਰਸ਼ਾਦ ਨੂੰ ਉਹਦੇ ਵਿੱਚ ਪੜਦੇ ਹੈ, ਕੀ ਦੇਖਦੇ ਇੱਕ ਵੱਡਾ ਸਾਰਾ ਸੱਪ ਦਾ ਕਰੋ ਪਹਿਲਾਂ ਹੀ ਉਹਦੇ ਵਿੱਚ ਭੇਜ ਰਿਸ਼ੀ ਮੁਨੀ ਸੋਚਣ।